ਬੜੀ ਵੱਡੀ ਖਬਰ ਸੁਨਾਮ ਦੇ ਪਿੰਡ ਭਗਵਾਨਪੁਰਾ ਤੋਂ ਆ ਰਹੀ ਹੈ, ਜਿੱਥੇ ਫਤਿਹਵੀਰ ਨੂੰ ਬਾਹਰ ਕੱਢਣ ਦੇ ਲਈ ਕਾਰਜ ਲਗਾਤਾਰ ਜਾਰੀ ਨੇ। ਪਰ ਹੁਣ ਜਿਹੜਾ ਮਾਹੌਲ ਹੈਗਾ ਗਰਮਾ ਚੁੱਕਿਆ, ਕਿਉਂਕਿ ਲੋਕਾਂ ਦਾ ਗੁੱਸਾ ਬੁਰੀ ਤਰ੍ਹਾਂ ਭੜਕਿਆ, ਲੋਕ ਭੜਕ ਚੁੱਕੇ ਨੇ ਤੇ ਭੜਕੇ ਹੋਏ ਲੋਕਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਪਹਿਲਾਂ ਭਗਵਾਨਪੁਰਾ ਪਿੰਡ ਦੇ ਵਿੱਚ ਹੀ ਗੁੱਸਾ ਕੱਢਿਆ ਜਾਂਦਾ ਤੇ ਹੁਣ ਜਿਹੜੀ ਮਾਨਸਾ ਤੇ ਸੁਨਾਮ ਜਿਹੜੀ ਮਾਰਗ ਹੈਗੀ ਆ ਉਸ ਨੂੰ ਜਿਹੜਾ ਜਾਮ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਧਰਨਾ ਵੱਡੇ ਪੱਧਰ ਤੇ ਲੱਗ ਚੁੱਕਾ, ਲੋਕ ਭੜਕ ਚੁੱਕੇ ਨੇ ਪੁਲਿਸ ਦੇ ਖਿਲਾਫ਼, ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ। ਇਸ ਵੇਲੇ ਜਿਹੜੇ ਹੈਗੇ ਆ ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ, ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਵੇਂ ਲੋਕ ਜਿਹੜੇ ਹੈਗੇ ਨੇ ਉਹ ਭੜਕੇ ਹੋਏ ਨੇ। ਤੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਸੰਜੀਵ ਜੀ ਹੈਗੇ ਨੇ, ਸੰਜੀਵ ਗੋਇਲ ਦੇ ਕੋਲ ਚੱਲਦੇ ਆ, ਜਿਹੜੇ ਲਗਾਤਾਰ ਤੁਹਾਨੂੰ ਅਪਡੇਟ ਕਰ ਰਹੇ ਨੇ, ਲਗਾਤਾਰ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਨੇ। ਸੰਜੀਵ, ਇਸ ਵੇਲੇ ਕੀ ਸਥਿਤੀ ਹੈ, ਕਿਵੇਂ ਦਾ ਮਾਹੌਲ ਜਿਹੜਾ ਹੋ ਚੁੱਕਾ ਹੈ, ਹੁਣ ਲੋਕ ਭੜਕੇ ਨੇ ਜਦੋਂ? ਜੀ ਜਗਦੀਪ, ਬਿਲਕੁਲ, ਜੇ ਆਪਾਂ ਗੱਲ ਕਰ ਲਈਏ ਲੋਕਾਂ ਦੀ, ਤਾਂ ਲੋਕ ਜਿਹੜੇ ਹੈਗੇ ਨੇ ਵੀਰਵਾਰ ਤੋਂ ਹੀ ਜਿਹੜੇ ਹੈਗੇ ਨੇ ਫਤਿਹਵੀਰ ਦੀ ਦੁਆ ਸਲਾਮਤੀ ਦੇ ਲਈ ਲੱਗੇ ਹੋਏ ਸੀਗੇ। ਪਰ ਲੇਕਿਨ ਜਿੱਥੇ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਗੁੱਸਾ ਅੱਜ ਜਿਹੜਾ ਹੈਗਾ ਫੁੱਟ ਚੁੱਕਿਆ, ਉਹ ਗੁੱਸਾ ਲੋਕਾਂ ਦਾ ਸੜਕ ਦੇ ਉੱਪਰ ਆ ਗਿਆ। ਸੁਨਾਮ ਬਠਿੰਡਾ ਜਿਹੜਾ ਰੋਡ ਹੈਗਾ ਮੇਨ, ਉਸ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਸਥਿਤੀ ਜਿਹੜੀ ਫਿਲਹਾਲ ਦੀ ਸਥਿਤੀ ਆ ਉਹ ਪੂਰੀ ਤਣਾਅਪੂਰਨ ਬਣ ਗਈ ਹੈ। ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਹੋ ਰਹੀ ਹੈ, ਸਰਕਾਰ ਦੇ ਖਿਲਾਫ਼ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਕਿਸੇ ਵੀ ਵਿਅਕਤੀ ਨੂੰ ਉੱਥੋਂ ਦੀ ਲੰਘਣ ਨਹੀਂ ਦਿੱਤਾ ਜਾ ਰਿਹਾ। ਬੇਸ਼ੱਕ ਕੋਈ ਬੰਦਾ ਵਿਅਕਤੀ ਜਿਹੜਾ ਹੈਗਾ ਮਜਬੂਰੀ ਦੇ ਵਿੱਚ ਹੈ, ਚਾਹੇ ਕੋਈ ਪੇਸ਼ੈਂਟ ਹੈ, ਕਿਸੇ ਨੂੰ ਵੀ ਉੱਥੋਂ ਦੀ ਲੰਘਣ ਨਹੀਂ ਦਿੱਤਾ ਜਾ ਰਿਹਾ। ਜੀ ਜੀ, ਇੱਥੇ ਜਿਹੜੇ ਇਹਨਾਂ ਲੋਕਾਂ ਦੇ ਵਿੱਚ ਕੀ ਇਹ ਆਮ ਲੋਕ ਨੇ ਜਾਂ ਫਿਰ ਇੱਥੇ ਰਾਜਨੀਤਿਕ ਲੋਕ ਜਿਹੜੇ ਰਾਜਨੀਤੀ ਕਰਨ ਦੇ ਲਈ ਵੀ ਪਹੁੰਚੇ ਨੇ ਕੋਈ ਲੋਕ? ਜੀ ਬਿਲਕੁਲ ਜਗਦੀਪ, ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਨੇ ਇੱਥੇ ਬਹੁਤ ਘੱਟ ਗਿਣਤੀ ਦੇ ਵਿੱਚ, ਜਿਹੜੇ ਆਮ ਲੋਕ ਦੇਖੇ ਜਾ ਰਹੇ ਨੇ, ਗੁੰਡਾ ਅੰਸਰ ਜਿਹੜੇ ਜ਼ਿਆਦਾ ਦੇਖੇ ਜਾ ਰਹੇ ਨੇ ਇੱਥੇ, ਉਹਨਾਂ ਦਾ ਸਿਰਫ ਇੱਕੋ ਮਕਸਦ ਲੱਗਦਾ ਕਿ ਮਾਹੌਲ ਨੂੰ ਖਰਾਬ ਕਰ ਦੇਣਾ। ਸਥਿਤੀ ਜਿਹੜੀ ਹੈਗੀ ਹੈ ਪੂਰੀ ਤਣਾਅਪੂਰਨ ਬਣਾ ਦਿੱਤੀ ਗਈ ਹੈ। ਇੱਟਾਂ ਰੋੜੇ ਜਿਹੜੇ ਹੈਗੇ ਨੇ ਉਹਨਾਂ ਕੋਲ, ਉਹਨੇ ਆਪਣੇ ਕੋਲ ਰੱਖੇ ਹੋਏ ਹੈਗੇ ਨੇ। ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਵੀ ਦਿਖਾਉਣ ਦੀ ਕੋਸ਼ਿਸ਼ ਕਰੀ ਹੈ ਕਿ ਇੱਟਾਂ ਰੋੜੇ ਉਹਨਾਂ ਨੇ ਕਿਵੇਂ ਆਪਣੇ ਕੋਲ ਰੱਖੇ ਨੇ। ਕਿਸੇ ਵੀ ਵਿਅਕਤੀ ਨੂੰ ਉਹ ਸਿੱਧੇ ਮੱਥੇ ਗੱਲ ਨਹੀਂ ਕਰ ਰਹੇ ਕਿਸੇ ਨਾਲ ਵੀ, ਨਾ ਹੀ ਪੁਲਿਸ ਪ੍ਰਸ਼ਾਸਨ, ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨਾਲ ਵੀ ਉਹ ਬਦ ਸਲੂਕੀ ਜਿਹੜੀ ਕਰ ਰਹੇ ਨੇ, ਮੀਡੀਆ ਕਰਮੀਆਂ ਨੂੰ ਉਹ ਜਿਹੜੀ ਕਵਰੇਜ ਨਹੀਂ ਕਰਨ ਦੇ ਰਹੇ। ਉਹਨਾਂ ਦਾ ਕਹਿਣਾ ਕਿ 5 ਦਿਨ ਹੋ ਗਏ ਨੇ ਮੀਡੀਆ ਕਰਮੀ ਜਿਹੜੇ ਹੈਗੇ ਸਹੀ ਤਸਵੀਰਾਂ ਨਹੀਂ ਦਿਖਾ ਰਹੇ, ਪ੍ਰਸ਼ਾਸਨ ਦੇ ਖਿਲਾਫ਼ ਜਿਹੜੇ ਨਹੀਂ ਬੋਲ ਰਹੇ। ਪਰ ਤੁਹਾਨੂੰ ਦੱਸ ਦਈਏ ਜਿਹੜੇ ਮੀਡੀਆ ਕਰਮੀ ਹੈ, ਬਿਲਕੁਲ ਆਪਣੀ ਜਿਹੜੀ ਡਿਊਟੀ ਹੈ ਤਨਦੇਹੀ ਦੇ ਨਾਲ ਨਿਭਾ ਰਹੇ ਹੈ। ਜਿਹੜੀਆਂ ਉੱਥੋਂ ਦੀਆਂ ਜੈਨੂਅਨ ਤਸਵੀਰਾਂ ਨੇ, ਸਹੀ ਰਿਪੋਰਟ ਹੈ, ਮੀਡੀਆ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਪਰ ਜੋ ਮੀਡੀਆ ਦਾ ਕੰਮ ਹੈ, ਸਿਰਫ ਜਾਣਕਾਰੀ ਦੇਣਾ ਹੀ ਮੀਡੀਆ ਦਾ ਕੰਮ ਹੈ। ਮੀਡੀਆ ਉੱਥੇ ਵਿੱਚ ਖੱਡੇ ਦੇ ਵਿੱਚ ਉਤਾਰ ਕੇ ਕੰਮ ਨਹੀਂ ਕਰ ਸਕਦਾ। ਜੀ ਜਗਦੀਪ ਜੀ ਬਿਲਕੁਲ, ਅਸੀਂ ਵੀ, ਮੈਂ ਵੀ ਇੱਕ ਵਾਰ ਤੁਹਾਨੂੰ ਦੱਸ ਦਿੰਦਾ ਕਿ ਮੀਡੀਆ ਨੇ ਆਪਾਂ ਜਿਹੜਾ 2 ਦਿਨ ਲਗਾਤਾਰ ਪੰਜਾਬੀ ਲੋਕ ਚੈਨਲ ਵੀਰਵਾਰ ਤੋਂ ਹੀ ਲਗਾਤਾਰ, ਸੰਜੀਵ ਮੇਰੇ ਸਹਿਯੋਗੀ ਤੇ ਵਿਨੋਦ ਲਗਾਤਾਰ ਉੱਥੇ ਹਾਜ਼ਰ ਨੇ ਤੇ ਲਗਾਤਾਰ ਜਿਹੜਾ ਸਾਡੇ ਵੱਲੋਂ ਵੀ ਉੱਥੇ ਲਾਈਵ ਕੀਤਾ ਜਾਂਦਾ ਹੈ। ਤੇ ਪਰ ਇੱਥੇ ਦੱਸ ਦਈਏ ਕਿ 2 ਦਿਨ ਮੀਡੀਆ ਵੱਲੋਂ ਵੀ ਸੰਜਮ ਵਰਤਿਆ ਗਿਆ ਕਿ ਇਸ ਦੇ ਵਿੱਚ ਕਿਸੇ ਦੀ ਨਾਕਾਮੀ ਜਾਂ ਰਾਜਨੀਤੀ ਇਸ ਮਾਮਲੇ ਦੇ ਉੱਤੇ ਸ਼ੁਰੂ ਨਾ ਕਰਵਾਈ ਜਾਵੇ। ਸ਼ੁਰੂਆਤ ਅਗਰ ਹੁੰਦੀ ਹੈ ਤਾਂ ਮਾਮਲਾ ਵਿਗੜ ਸਕਦਾ ਹੈ, ਪਰਿਵਾਰ ਦੇ ਉੱਤੇ ਮੰਦਭਾਗੀ ਜਿਹੜੀ ਹੈਗੀ ਆ, ਪਰਿਵਾਰ ਦੇ ਉੱਤੇ ਇੱਕ ਅਸਰ ਗਲਤ ਪੈ ਸਕਦਾ ਹੈ। ਇਸ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਸੀ ਜਿਸ ਨੂੰ ਵੇਖਦੇ ਹੋਏ ਜਿਹੜਾ ਅਸੀਂ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ। ਪਰ ਇਸ ਵੇਲੇ ਮਾਹੌਲ ਗਰਮਾ ਚੁੱਕਾ ਹੈ, ਮੀਡੀਆ ਨੇ ਵੀ ਜਦੋਂ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਵੇਲੇ ਜਿਹੜੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੈ। ਪਰ ਕਿਤੇ ਨਾ ਕਿਤੇ ਸੰਜੀਵ ਕੀ ਨਾਕਾਮੀ ਮੰਨਦੇ ਹੋ ਕਿ ਹੁਣ ਤੱਕ ਜਿਹੜਾ 72 ਘੰਟੇ ਦੱਸਣੇ, ਪਹਿਲਾਂ 48 ਫਿਰ 72, ਹੁਣ ਜਿਹੜਾ 96 ਘੰਟੇ ਮੈਨੂੰ ਲੱਗ ਰਿਹਾ ਕਿ ਬੀਤ ਜਾਣਗੇ, ਅੱਜ ਦਾ ਦਿਨ ਮੈਨੂੰ ਲੱਗ ਰਿਹਾ ਕਿ ਕਦੇ ਖੱਡਾ ਨੀਚੇ ਪੱਟਿਆ ਜਾਂਦਾ, ਕਦੇ ਕਹਿੰਦੇ ਨੇ ਕਿ ਉੱਤੇ ਪੱਟਿਆ ਗਿਆ, ਕਦੇ ਸਾਈਡ ਤੇ ਪੱਟਿਆ ਗਿਆ, ਕਿ ਅੱਜ ਦਾ ਦਿਨ ਵੀ ਲੰਘ ਜਾਏਗਾ? ਜੀ ਜੀ ਬਿਲਕੁਲ ਜਗਦੀਪ, ਇਹ ਗੱਲ ਬਿਲਕੁਲ ਮੈਂ ਦੱਸਣ ਤੋਂ ਕੋਈ ਕਤਾਹੀ ਨਹੀਂ ਕਰਾਂਗਾ, ਮੈਂ ਦੱਸਾਂਗਾ ਇਹ ਗੱਲ ਕਿ ਪੰਜਾਬੀ ਲੋਕ ਚੈਨਲ ਨੇ ਕੱਲ ਜਿਹੜੀ ਇੱਕ ਖਬਰ ਨਸ਼ਰ ਕੀਤੀ ਸੀ ਸਰਕਾਰ ਦੇ ਖਿਲਾਫ, ਸਰਕਾਰ ਨੂੰ ਇੱਕ ਜਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਸਰਕਾਰ ਨੂੰ ਜਿਹੜਾ ਪੰਜਾਬੀ ਲੋਕ ਚੈਨਲ ਵੱਲੋਂ ਕਿਹਾ ਗਿਆ ਸੀ ਕਿ ਸਰਕਾਰ ਜੀ ਤੁਸੀਂ ਜਾਗੋ, ਇੱਥੇ ਜਿਹੜੀ ਫਤਿਹਵੀਰ ਦੀ ਜਾਨ ਬਚਾਉਣ ਲਈ ਕਿਸੇ ਤਰ੍ਹਾਂ ਕੋਈ ਐਫਰਟ ਨਹੀਂ ਕੀਤਾ ਜਾ ਰਿਹਾ। ਉਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਬਿਆਨ ਜਾਰੀ ਕੀਤਾ ਹੈਗਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਜਿਹੜੀ ਮੰਨਦੇ ਹੈਗੇ ਕਿ ਸਰਕਾਰ ਇੱਥੇ ਫੇਲ ਹੋਈ ਹੈਗੀ ਆ, ਸਰਕਾਰ ਜਿਹੜੀ ਹੈਗੀ ਆ ਬਿਲਕੁਲ ਫੇਲ ਹੈ ਇੱਥੇ, ਅਸੀਂ ਜਿਹੜੇ ਫਤਿਹਵੀਰ ਨੂੰ ਬਚਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਗਿਆ। ਪਰ ਉਹਨਾਂ ਨੇ ਇੱਕ ਬਿਆਨ ਜਿਹੜਾ ਹੈਗਾ ਬਹੁਤ ਘਿਨਾਉਣਾ ਬਿਆਨ ਇਹ ਵੀ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦਾ ਬੋਰ ਹੈਗਾ, ਬੋਰ ਮਾਲਕਾਂ ਦੇ ਉੱਪਰ ਜਿਹੜਾ ਮਰਡਰ ਦਾ ਪਰਚਾ ਦਰਜ ਹੋਣਾ ਚਾਹੀਦਾ। ਪਰ ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ,
ਤਾਂ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ ਤੋਂ ਬਗੈਰ ਮੇਰਾ ਖਿਆਲ ਕੁਛ ਨਹੀਂ ਕਰ ਸਕਦਾ। ਇਸੇ ਕਰਕੇ ਜਿਹੜਾ ਪ੍ਰਸ਼ਾਸਨ ਹੈ ਉਹ ਹੱਥਾਂ ਦੇ ਉੱਪਰ ਹੱਥ ਕਰਕੇ ਜਿਹੜਾ ਹੈਗਾ ਮੁੱਖ ਦਰਸ਼ਕ ਬਣ ਕੇ ਦੇਖ ਰਿਹਾ ਤੇ ਆਮ ਲੋਕ ਜਿਹੜੇ ਹੈਗੇ ਨੇ ਉਹ ਕੰਮ ਕਰ ਰਹੇ ਨੇ। ਜਗਦੀਪ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਜੱਗਾ ਸਿੰਘ ਸੀਗੇ ਡੇਰਾ ਪ੍ਰੇਮੀਆਂ ਦੇ ਜੋ ਵਲੰਟੀਅਰ ਸੀਗੇ ਉਹ ਕਈ ਦਿਨਾਂ ਤੋਂ ਲੱਗੇ ਹੋਏ ਸੀਗੇ ਰਾਹਤ ਕਾਰਜ ਦੇ ਜਿਹੜੇ ਚੱਲ ਰਹੇ ਸੀਗੇ ਉਹ ਖੱਡਾ ਪਟਾਈ ਦਾ ਜਿਹੜਾ ਕੰਮ ਸੀਗਾ ਉਹ ਜੱਗਾ ਸਿੰਘ ਵੱਲੋਂ ਹੀ ਕੀਤਾ ਜਾ ਰਿਹਾ ਸੀ। ਪਰ ਜੱਗਾ ਸਿੰਘ ਕੱਲ੍ਹ ਦੇ ਜਿਹੜੇ ਕੱਲ੍ਹ ਸ਼ਾਮ ਤੋਂ ਬਾਅਦ ਨਹੀਂ ਦਿਖਾਈ ਦੇ ਰਹੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਗੁੱਸਾ ਹੈਗਾ ਕਿ ਜੱਗਾ ਸਿੰਘ ਨੂੰ ਜਿਹੜਾ ਹੈਗਾ ਉਸ ਬੋਰਵੈਲ ਦੇ ਵਿੱਚ ਉਤਾਰਿਆ ਜਾਵੇ ਤਾਂ ਜੋ ਜੱਗਾ ਸਿੰਘ ਜਿਹੜਾ ਹੈਗਾ ਪਤੀ ਵੀਰ ਸਹੀ ਸਲਾਮਤ ਬਾਹਰ ਕੱਢ ਲਿਆ ਜਾ ਸਕੇ। ਜੀ ਜੀ ਕੀ ਕੀ ਮੰਨਦੇ ਹੋ ਸੰਜੀਵ ਕਿ ਜੱਗਾ ਜੇ ਜੱਗੇ ਦੇ ਹੱਥ ਕਮਾਨ ਦਿੱਤੀ ਹੁੰਦੀ ਕਿਉਂਕਿ ਜੱਗਾ ਵਾਰ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਲੈ ਕੇ ਆਵਾਂਗਾ ਫਤਿਹ ਵੀਰ ਨੂੰ ਮੈਨੂੰ ਆ ਜਿਹੜੀ ਕਮਾਨ ਦਿੱਤੀ ਜਾਵੇ। 3 ਤੋਂ 4 ਘੰਟੇ ਦਾ ਸਮਾਂ ਜਿਹੜਾ ਜੱਗਾ ਲਗਾਤਾਰ ਮੰਗ ਰਿਹਾ ਸੀ ਪਰ ਉਸਨੂੰ ਪ੍ਰਸ਼ਾਸਨ ਨੇ ਜਿਹੜੀ ਆਜ਼ਾਦੀ ਨਹੀਂ ਦਿੱਤੀ। ਉਹਦਾ ਕਹਿਣਾ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਹੁਣ ਤਕਨੀਕ ਦੀ ਲੋੜ ਹੈ, ਇੱਥੇ ਦਿਮਾਗ ਦੀ ਲੋੜ ਹੈ। ਕਿ ਦਿਮਾਗ ਕੰਮ ਕਰ ਪਾਇਆ NDRF ਕੀ ਕੰਮ ਕਰ ਪਾਈ, ਕਿ ਜੱਗਾ ਜੇ ਹੁੰਦਾ ਤਾਂ ਮਾਹੌਲ ਕੁਝ ਹੋਰ ਹੁੰਦਾ ਕੀ? ਜੀ ਬਿਲਕੁਲ ਜਗਦੀਪ, ਜੇ ਆਪਾਂ ਜੱਗੇ ਦੀ ਗੱਲ ਕਰ ਲਈ ਤੇ ਜੱਗੇ ਦਾ ਜਿਹੜਾ ਬੇਸ਼ੱਕ ਠੀਕ ਹੈ ਜੱਗੇ ਨੂੰ ਟ੍ਰੇਨਿੰਗ ਨਹੀਂ ਮਿਲੀ ਹੋਈ ਪਰ ਲੇਕਿਨ ਜੱਗੇ ਦਾ ਜੋ ਐਕਸਪੀਰੀਅੰਸ ਦੇਖਿਆ ਗਿਆ ਸਾਡੇ ਵੱਲੋਂ ਵੀ ਦਰਜ ਕੀਤਾ ਗਿਆ ਜੱਗੇ ਦਾ ਐਕਸਪੀਰੀਅੰਸ ਕਿਤੇ ਨਾ ਕਿਤੇ NDRF ਟੀਮ ਦੀ ਜਿਹੜੀ ਟ੍ਰੇਨਿੰਗ ਹੈ ਉਸ ਤੋਂ ਜ਼ਿਆਦਾ ਕਿਤੇ ਵੱਧ ਸੀਗਾ ਕਿਉਂਕਿ ਜਦੋਂ NDRF ਦੇ ਟੀਮ ਦੇ ਜਿਹੜੇ ਅਧਿਕਾਰੀ ਸੀਗੇ ਉਹ ਉਸ ਖੱਡੇ ਦੇ ਵਿੱਚ ਉਤਰਨ ਤੋਂ ਜਿਹੜਾ ਹੈਗੇ ਗੁਰੇਜ਼ ਕਰਦੇ ਰਹੇ, ਜੱਗਾ ਜਿਹੜਾ ਹੈਗਾ ਸੀਗਾ ਦਲੇਰੀ ਦੇ ਨਾਲ ਫੁਰਤੀ ਦੇ ਨਾਲ ਉਸ ਬੋਰਵੈਲ ਦੇ ਵਿੱਚ ਕਈ ਵਾਰ ਉਤਰਿਆ, ਕਈ ਕਈ ਘੰਟੇ ਉਸਨੇ ਲਗਾਤਾਰ ਜਿਹੜਾ ਹੈਗਾ ਕੰਮ ਕੀਤਾ। ਉਸ ਤੋਂ ਬਾਅਦ ਇੱਕ ਵਾਰ ਬਾਹਰ ਆ ਕੇ ਜੱਗੇ ਨੇ ਸਾਨੂੰ ਇਹ ਵੀ ਦੱਸਿਆ ਕਿ ਜੋ ਬੱਚੇ ਦੀ ਆਵਾਜ਼ ਹੈਗੀ ਆ ਮੈਨੂੰ ਸੁਣਾਈ ਦਿੱਤੀ ਹੈ, ਇਸ ਕਰਕੇ ਜੱਗਾ ਕਹਿ ਰਿਹਾ ਸੀ ਕਿ ਬੋਰ ਦੇ ਵਿੱਚ ਮੈਨੂੰ ਹੀ ਉਤਾਰਿਆ ਜੀ। ਉਸ ਤੋਂ ਬਾਅਦ NDRF ਦੀ ਟੀਮ ਨੇ ਜੱਗੇ ਨਾਲ ਜਿਹੜੀ ਬੈਠ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਕਿਹਾ ਕਿ ਨਹੀਂ ਬੋਰਵੈਲ ਦੇ ਵਿੱਚੋਂ ਜਿਹੜਾ ਫਤਿਹਵੀਰ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ, ਪਰ ਉੱਥੇ ਜੱਗਾ ਇਹ ਕਹਿ ਰਿਹਾ ਸੀ ਕਿ ਫਤਿਹਵੀਰ ਨੂੰ ਮੈਂ ਹੀ ਬਾਹਰ ਲੈ ਕੇ ਆਵਾਂਗਾ। ਉਸ ਤੋਂ ਬਾਅਦ ਪਤਾ ਨੀ ਪ੍ਰਸ਼ਾਸਨ ਨੇ ਉਸ ਨੂੰ ਕਿੱਥੇ ਗਾਇਬ ਕਰ ਦਿੱਤਾ। ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈਗਾ ਕਿ ਪ੍ਰਸ਼ਾਸਨ ਦੀ ਇੱਥੇ ਕੋਈ ਚਾਲ ਹੈ ਜਿਹੜਾ ਜੱਗਾ ਸਿੰਘ ਨੂੰ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਗਾਇਬ ਕਰ ਦਿੱਤਾ ਹੈ। ਜੀ ਜਗਦੀਪ ਜੀ, ਤੇ ਹੁਣ ਜਿਹੜੇ ਕੋਈ ਰਾਜਸੀ ਨੇਤਾ ਜਾਂ ਲੀਡਰ ਜਿਹੜੇ ਹੈਗੇ ਨੇ ਉਹ ਮੌਕੇ ਤੇ ਪਹੁੰਚਣੇ ਸ਼ੁਰੂ ਹੋਏ ਨੇ, ਕੀ ਕਿਸੇ ਨੂੰ ਅਕਲ ਆਈ ਹੈ ਜਾਂ ਕੋਈ ਕਿਸੇ ਦਾ ਜ਼ਮੀਰ ਜਿਹੜਾ ਜਾਗਦਾ ਨਜ਼ਰ ਆਇਆ ਜਾਂ ਅਜੇ ਵੀ ਜਿਹੜੇ ਜ਼ਮੀਰ ਮਰੀ ਲੀਡਰ ਆਪਣੇ ਘਰਾਂ ਦੇ ਵਿੱਚ ਆਪਣੇ ਏਸੀਆਂ ਦੇ ਥੱਲੇ ਹੀ ਬੈਠੇ ਨੇ? ਜੀ ਜਗਦੀਪ, ਮੈਂ ਦੱਸਣਾ ਚਾਹਾਂਗਾ ਤੁਹਾਨੂੰ, ਜਦ ਪੰਜਾਬੀ ਲੋਕ ਚੈਨਲ ਨੇ ਕੱਲ ਇੱਕ ਖਬਰ ਨਾਸ਼ਰ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਘਟਨਾ ਸਥਲ ਦੇ ਉੱਤੇ ਪਹੁੰਚ ਗਏ ਸੀਗੇ। ਉਸ ਤੋਂ ਬਾਅਦ ਲਗਾਤਾਰ ਜਿਹੜੇ ਵਿਜੇਂਦਰ ਸਿੰਗਲਾ ਨੇ ਉਹ ਕੱਲ ਦੇਰ ਰਾਤ ਤੱਕ ਘਟਨਾ ਸਥਲ ਤੇ ਮੌਜੂਦ ਰਹੇ ਔਰ ਅੱਜ ਸਵੇਰ ਵੀ ਹੈਗਾ ਜਿਹੜਾ ਵਿਜੇਂਦਰ ਸਿੰਗਲਾ ਇੱਥੇ ਪਹੁੰਚ ਗਏ ਸੀਗੇ। ਇੱਥੋਂ ਨਜ਼ਰ ਆਉਂਦਾ ਕਿ ਮੀਡੀਆ ਦੀਆਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਜਿਹੜੇ ਲੋਕਲ ਕੈਬਨਿਟ ਮੰਤਰੀ ਨੇ ਉਹ ਤਾਂ ਸਿਰਫ ਜ਼ਰੂਰ ਡਿਊਟੀ ਦੇ ਰਹੇ ਨੇ, ਆਪਣੀ ਨਿਗਰਾਨੀ ਹੇਠ ਜਿਹੜਾ ਕੰਮ ਕਰਾ ਰਹੇ ਨੇ, ਪਰ ਇੱਥੋਂ ਵੀ ਜਿਹੜੀ ਆਪਾਂ ਗੱਲ ਕਰ ਲਈਏ ਜੇ ਸਿਰਫ 2 ਦਿਨ ਹੀ ਵਿਜੇਂਦਰ ਸਿੰਗਲਾ ਨੂੰ ਹੁਣ ਹੋਏ ਨੇ, ਇਸ ਤੋਂ ਪਹਿਲਾਂ 24 ਘੰਟੇ ਤੋਂ ਪਹਿਲਾਂ ਕੋਈ ਵੀ ਇੱਥੇ ਉੱਚ ਅਧਿਕਾਰੀ ਜਿਹੜਾ ਹੈਗਾ ਜਾਂ ਉੱਚ ਲੀਡਰ ਕੋਈ ਨਹੀਂ ਪਹੁੰਚਿਆ ਸਰਕਾਰ ਦਾ। ਜੀ ਜਗਦੀਪ ਜੀ, ਸੋ ਸਮੇਂ ਸਮੇਂ ਤੇ ਜਿਹੜੀ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ। ਇਸ ਵੇਲੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਕੀ ਕਹਿਣਾ ਹੈ ਅਖੀਰ ਦੇ ਵਿੱਚ ਅਸੀਂ ਇਹ ਜ਼ਰੂਰ ਸੁਣ ਲੈਂਦੇ ਹਾਂ, ਤੇ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਬਲਜੀਤ ਸਿੰਘ ਦਾਦੂਵਾਲ ਵੀ ਇੱਥੇ ਮੌਕੇ ਤੇ ਪਹੁੰਚੇ ਨੇ, ਉਹਨਾਂ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ। ਕੀ ਗੱਲਬਾਤ ਹੋਈ ਹੈ, ਆਓ ਸੁਣਾਉਂਦੇ ਹਾਂ ਤੁਹਾਨੂੰ ਸਾਰੀ ਗੱਲਬਾਤ। ਮੈਂ ਸਮਝਦਾ ਕਿ ਜਿਹੜੇ ਆਮ ਲੋਕ ਆ, ਮਿਹਨਤ ਮਜ਼ਦੂਰੀ ਕਰਨ ਵਾਲੇ ਕਿਸਾਨ, ਅੱਧ ਦੀ ਗਰਮੀ ਦੇ ਵਿੱਚ ਉਹ ਇੱਥੇ ਆਪਣੀਆਂ ਸੇਵਾਵਾਂ ਦਿੱਤੀਆਂ ਹੋਈਆਂ ਨੇ, ਬਾਲਟੀਆਂ ਨਾਲ ਮਿੱਟੀ ਕੱਢੀ ਜਾ ਰਹੀ ਹੈ। ਕਿ ਜਿਹੜਾ ਡਿਜੀਟਲ ਇੰਡੀਆ ਜਿਸ ਦਾ ਨਾਰਾ ਦਿੱਤਾ ਜਾਂਦਾ, ਕਿ ਉਸ ਡਿਜੀਟਲ ਇੰਡੀਆ ਦੇ ਵਿੱਚ ਸਾਡੇ ਕੋਲ ਇਹੋ ਜਿਹਾ ਯੰਤਰ ਨਹੀਂ ਹੈ ਕਿ ਅਸੀਂ 100-150 ਫੁੱਟ ਤੋਂ ਮਿੰਟਾਂ ਸਕਿੰਟਾਂ ਦੇ ਵਿੱਚ ਜੋ ਕੋਈ ਬੰਦਾ ਦੁਰਘਟਨਾ ਦਾ ਸ਼ਿਕਾਰ ਹੁੰਦਾ ਤੇ ਉਹਨੂੰ ਕੱਢ ਲਿਆ ਜਾਵੇ। ਤਾਂ ਮੈਂ ਸਮਝਦਾ ਜੇ ਸਰਕਾਰ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੀ ਇਹਦੇ ਵਿੱਚ ਫੇਲ ਹੋਈ ਆ, ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਆ ਚਾਹੇ ਮੋਦੀ ਦੀ ਸਰਕਾਰ ਆ, ਉਹਨਾਂ ਨੂੰ ਅੱਜ ਇਸ ਘਟਨਾ ਤੋਂ ਸਿੱਖਿਆ ਲੈ ਕੇ, ਉਦੋਂ ਪਹਿਲਾਂ ਪ੍ਰਿੰਸ ਬੱਚਾ ਡਿੱਗਿਆ ਸੀ ਤਾਂ ਉਸ ਤੋਂ ਬਾਅਦ ਕੋਈ ਉਹਨਾਂ ਨੇ ਯੰਤਰ ਨਹੀਂ ਬਣਾਇਆ, ਉਹਦੇ ਤੋਂ ਵੀ ਸਿੱਖਿਆ ਨਹੀਂ ਲਈ। ਹੁਣ ਸਿੱਖਿਆ ਲੈ ਲੈਣੀ ਚਾਹੀਦੀ ਆ ਕਿ ਜਿਹੜਾ ਫਤਿਹਵੀਰ ਆ 90 ਘੰਟੇ ਹੋ ਗਏ ਆ ਕਿ ਉਹ ਇਸ ਬੋਰ ਦੇ ਵਿੱਚ ਡਿੱਗਿਆ ਹੋਇਆ ਅਤੇ ਅਜੇ ਤੱਕ ਉਹਦੇ ਤੱਕ ਅਸੀਂ ਪਹੁੰਚ ਨਹੀਂ ਕਰ ਸਕੇ, ਭਾਵੇਂ ਕਿ ਹਜ਼ਾਰਾਂ ਲੋਕਾਂ ਵੱਲੋਂ ਇੱਥੇ ਯਤਨ ਕੀਤੇ ਜਾ ਰਹੇ ਆ, ਦੁਆਵਾਂ ਕਰੋੜਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਦਾ ਜ਼ਰੂਰ ਫੇਲੀਅਰ ਆ, ਪਰ ਪਰਮਾਤਮਾ ਅੱਗੇ ਅਰਦਾਸ ਆ ਕਿ ਗੁਰੂ ਕਿਰਪਾ ਕਰੇ, ਮਾਂ ਬਾਪ ਦੀ ਗੋਦੀ ਦਾ ਸ਼ਿੰਗਾਰ ਬੱਚਾ ਜੋ ਹੈ ਉਹ ਸਹੀ ਸਲਾਮਤ ਆਵੇ। ਗੁਰਦੁਆਰਿਆਂ 'ਚ ਪਾਠ ਹੋ ਰਹੇ ਨੇ, ਮੰਦਰਾਂ ਮਸਜਿਦਾਂ ਦੇ
ਵਿੱਚ ਹਰ ਜਗ੍ਹਾ ਤੇ ਦੁਆਵਾਂ ਇਸ ਬੱਚੇ ਦੇ ਵਾਸਤੇ ਹੋ ਰਹੀਆਂ ਨੇ। ਗੁਰੂ ਕਿਰਪਾ ਕਰੇ ਪਰਮਾਤਮਾ ਕਿ ਬੱਚਾ ਸਹੀ ਸਲਾਮਤ ਜਿਹੜਾ ਉਹ ਬਾਹਰ ਨਿਕਲੇ, ਤੇ ਜਿੰਨੇ ਧਰਮਾਂ ਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇੱਥੇ ਸੇਵਾਵਾਂ ਕਰ ਰਹੇ ਆ, ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਮੈਂ ਉਹਨਾਂ ਸਾਰਿਆਂ ਦੀ ਸ਼ਲਾਘਾ ਕਰਦਾ ਤੇ ਸਾਰਿਆਂ ਨੂੰ ਵਧਾਈ ਦਿੰਦਾ। ਬਿਲਕੁਲ, ਮੈਂ ਪਹਿਲਾਂ ਅਪੀਲ ਕਰ ਚੁੱਕਿਆ ਕਿ ਇੱਥੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਨਹੀਂ ਕਰਨਾ ਚਾਹੀਦਾ ਵੀ ਕੋਈ ਨਾਅਰੇਬਾਜ਼ੀ ਜਾਂ ਕੋਈ ਧਰਨਾ ਮੁਜ਼ਾਹਰੇ ਦੀ ਗੱਲ। ਇੱਥੇ ਤਾਂ ਉਸ ਬੱਚੇ ਵੱਲ ਧਿਆਨ ਜੋੜੋ, ਸਾਰੇ ਪਾਠ ਕਰੋ, ਦੁਆਵਾਂ ਕਰੋ, ਮਿਹਨਤ ਕਰੋ। ਕੋਈ ਮਿੱਟੀ ਕੱਢ ਰਿਹਾ, ਕੋਈ ਗਾਂਹ ਪਹੁੰਚਾ ਰਿਹਾ, ਕੋਈ ਹੇਠਾਂ ਜਾ ਰਿਹਾ, ਜਿੱਥੋਂ ਜਿੱਥੋਂ ਤੱਕ ਕਿਸੇ ਦੀ ਸਮਰੱਥਾ, ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਭਾਵੇਂ ਸਰਕਾਰਾਂ ਪ੍ਰਤੀ ਰੋਸ ਆ, ਪਰ ਇੱਥੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਕ੍ਰੀਏਟ ਕਰਨਾ ਚਾਹੀਦਾ ਵੀ ਕੋਈ ਨਾਅਰੇਬਾਜ਼ੀ ਜਾਂ ਕੋਈ ਇੱਥੇ ਆਪਣਾ ਧਰਨੇ ਮੁਜ਼ਾਹਰੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਸਾਰਿਆਂ ਨੂੰ ਉਸ ਬੱਚੇ ਦੀ ਸਿਹਤ ਜਾਬੀ ਵਾਸਤੇ ਅਰਦਾਸ ਕਰਨੀ ਚਾਹੀਦੀ ਅਤੇ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ। ਸਾਰੇ ਇਹਦੇ ਵਿੱਚ ਸਹਿਯੋਗ ਪਾ ਰਹੇ ਨੇ ਅਤੇ ਜਿਹੜੇ ਪ੍ਰਸ਼ਾਸਨ ਵਾਲੇ ਕਦੇ ਕਹਿੰਦੇ 5 ਮਿੰਟ, ਕਦੇ ਕਹਿੰਦੇ 10 ਮਿੰਟ, ਕੋਈ 5 ਮਿੰਟ ਹਾਂਜੀ 5 ਦਿਨ ਹੋ ਗਏ ਬੱਚੇ ਕੱਢਣ ਤੋਂ, ਤੁਸੀਂ ਨਹੀਂ ਕਰ ਰਹੇ ਇਸ ਕਰਕੇ ਅੱਕੋ ਕੇ ਅਸੀਂ ਧਰਨਾ ਬਚਾ ਛੱਡ ਕੇ ਵਿਚਾਰੇ ਲਾਇਆ, ਇਸ ਕਰਕੇ ਵੀ ਸਾਡਾ ਬੱਚਾ ਆਪਦਾ ਬੱਚਾ ਸਮਝ ਕੇ ਅਸੀਂ ਧਰਨਾ ਉਰੇ ਲਾਇਆ ਵੀ ਪ੍ਰਸ਼ਾਸਨ ਕੁਛ ਨਹੀਂ ਕਰ ਰਹੇ, ਇਸ ਕਰਕੇ ਅੱਗੇ ਉਰੇ ਸਾਨੂੰ ਧਰਨਾ ਲਾਉਣਾ ਪਿਆ, ਸੜਕ ਦੇ ਉੱਤੇ ਆ ਗਿਆ 5 ਦਿਨ ਹੋ ਗਏ, ਉਸ ਕਰਕੇ ਵੀ ਸਾਨੂੰ ਬਾਹਰ ਆਉਣਾ ਪਿਆ ਅਤੇ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ, ਲੱਭੀ ਨਹੀਂ ਲੱਗ ਰਿਹਾ ਇਹਨਾਂ ਨੂੰ, ਇਸੇ ਕਰਕੇ ਅਸੀਂ ਸਾਨੂੰ ਧੁੱਪੇ ਬੈਠਣਾ ਮਨਜ਼ੂਰ ਹੋ ਗਿਆ ਸੜਕ ਦੇ ਵਿਚਾਲੇ ਚੌਂਕ ਦੇ ਵਿਚਾਲੇ। ਕਿੰਨਾ ਦਿਨ ਧਰਨਾ ਜਾਰੀ, ਕਿੰਨਾ ਚਿਰ ਰਹੇਗਾ? ਹਾਂਜੀ ਕਿੰਨਾ ਦਿਨ ਤੱਕ ਬੱਚਾ ਖੁਸ਼ੀ ਹੋ ਕੇ ਬਾਹਰ ਨਹੀਂ ਆਉਂਦਾ? ਜਦੋਂ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ 300-300 ਫੁੱਟ ਉੱਚੀਆਂ ਮੂਰਤੀਆਂ ਜਿਹੜੀਆਂ ਲਗਾ ਸਕਦੀਆਂ ਨੇ, ਪਰ ਉਹ ਲੋਕਾਂ ਦੇ ਜਾਨ ਮਾਲ ਦੀ ਰਾਖੀ ਆ ਜਿਹੜੀ ਉਹ ਨਹੀਂ ਕਰਦੇ, ਕਿਉਂਕਿ ਲੋਕਾਂ ਦੇ ਉਹਨਾਂ ਦੀਆਂ ਸਰਕਾਰਾਂ ਦੇ ਉੱਤੇ ਏਜੰਡੇ 'ਤੇ ਵੀ ਹੈ ਚੀਜ਼ਾਂ, ਨਾ ਹੀ ਉਹਨਾਂ ਲੋਕਾਂ ਦੇ ਉਹਨਾਂ ਨੂੰ ਕੋਈ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਕੁਝ ਦੇਣਾ, ਕਿਉਂਕਿ ਉਹ ਚੀਜ਼ ਲੋਕ ਕਹਿੰਦੇ ਨੇ ਕਿ ਆਮ ਲੋਕ ਆ। ਮੈਂ ਦਾਅਵਾ ਕਰਦਾ ਕਿ ਇਹੀ ਬੱਚਾ ਕਿਤੇ ਬਾਦਲ ਦਾ ਜਾਂ ਕੈਪਟਨ ਦਾ ਗਿਰਿਆ ਹੁੰਦਾ ਤਾਂ ਮਤਲਬ ਇੱਥੋਂ ਚਾਈਨਾ ਦੇ ਉੱਤੋਂ, ਜਪਾਨ ਦੇ ਉੱਤੋਂ, ਅਮੈਰੀਕਾ ਦੇ ਉੱਤੋਂ ਜਿਹੜੀ ਮਸ਼ੀਨਰੀ ਸੀ ਉਹ ਇਸ ਧਰਤੀ ਦੇ ਉੱਤੇ ਪਹੁੰਚਣੀ ਸੀ, ਅਤੇ ਇਸ ਕਰਕੇ ਮਤਲਬ ਇਸ ਬੱਚੇ ਦੇ ਮਤਲਬ ਕੱਢਣ ਦੇ ਉੱਤੇ ਦੇਰੀ ਲਗਾਈ ਹੈ। ਆਮ ਇੱਕ ਜਿਹੜਾ ਇੱਕ ਕਿਸਾਨ ਦਾ ਬੱਚਾ ਹੈ, ਕਿਸਾਨ ਦਾ ਜਾਂ ਆਮ ਪਰਿਵਾਰਾਂ ਦਾ ਮਜ਼ਦੂਰਾਂ ਦੇ ਮੀਡੀਆ ਕਿਹੜੀ ਇੱਕ ਦੁਆਵਾਂ ਵੀ ਜਿਹੜੀਆਂ ਮਤਲਬ ਇਹ ਆ, ਇੱਕ ਭਾਰਤ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਲੋਕਾਂ ਨੂੰ ਇਹ ਸਿਖਾਇਆ ਜਾਂਦਾ ਕਿ ਸਾਡੀ ਕਿਸਮਤ ਦੇ ਅੰਦਰ ਇਹ ਚੀਜ਼ਾਂ ਫੈਲੀਆਂ ਹੋਈਆਂ ਨੇ, ਪਰ ਅਸੀਂ ਕਹਿੰਦੇ ਕਿ ਸਾਡੇ ਲੋਕਾਂ ਦੀ ਕਿਸਮਤ ਮਾੜੀ ਨਹੀਂ ਹੈ, ਇੱਥੋਂ ਦੀ ਕਿਸਮਤ ਇੱਥੋਂ ਦੀ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਵਿੱਚੋਂ ਲਿਖੀ ਜਾਂਦੀ ਆ, ਪਰ ਉਹ ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਵਿੱਚੋਂ ਤੈਅ ਕਰਦੇ ਨੇ ਕਿ ਸਾਡੇ ਲੋਕਾਂ ਨੂੰ ਪਸ਼ੂ ਵਾਲੀ ਜ਼ਿੰਦਗੀ ਦੇਣੀ ਆ, ਸਾਡੇ ਲੋਕਾਂ ਨੂੰ ਹਸਪਤਾਲ ਨਹੀਂ ਦੇਣੇ, ਚਾਹੇ ਉਹ ਗੁਜਰਾਤ ਦੇ ਅੰਦਰ ਤੁਸੀਂ ਪਿਛਲੇ ਦਿਨ ਦੇਖ ਸਕਦੇ ਹੋ। ਅੱਜ ਦੇ ਜਿਹੜੇ ਪ੍ਰੋਟੈਸਟ ਆ, ਲੋਕ ਇਹ ਮੰਗ ਕਰਦੇ ਨੇ ਕਿ ਇੱਥੇ ਜਿਹੜੀ ਕੋਈ ਮਸ਼ੀਨਰੀ ਆ ਉਹ ਮੁਹੱਈਆ ਕਰਾਈ ਜਾਵੇ, ਅਤੇ ਲੋਕ ਨੇ ਜਿਹੜੇ ਹੱਥੀਂ ਦੇ ਨਾਲ ਖੁਦਾਈ ਕਰ ਰਹੇ ਨੇ ਹੱਥਾਂ ਦੇ ਨਾਲ, ਮਤਲਬ ਜਿਹੜੀ ਬਾਹਰ ਕੱਢ ਸਕਦੀ ਸੀ ਮਿਲਟਰੀ ਕਾਰਨ ਨੂੰ ਪਰਮਿਸ਼ਨ ਦਿੱਤੀ ਗਈ ਕੱਢਣ ਦੀ, ਬੱਚੇ ਕੱਢਣ ਦੀ ਕਿਉਂ ਦੇਰੀ ਗਈ? ਐਨਆਰਐਫ ਟੀਮ ਨੇ ਕਿਉਂ ਨਹੀਂ ਕੱਢਿਆ? ਇੰਨੇ ਦਿਨ ਹੋ ਗਏ ਮਿਲਟਰੀ ਕਾਰਨ ਨੂੰ ਬੁਲਾਇਆ ਗਿਆ ਉਰੇ, ਕਿਉਂ ਕੀ ਕਾਰਨ ਇਹ? ਸਰਕਾਰ ਕਿਉਂ ਨਹੀਂ ਇਹ ਸਖ਼ਤ ਫੈਸਲਾ ਲੈ ਰਹੀ ਇਹਨਾਂ 'ਤੇ? ਕਿਉਂ ਕੀ ਕਾਰਨ ਕੀ ਹੈ ਵੀ ਐਡਾ ਬੱਚੇ ਖਾਤਰ ਇੰਨੀ ਦੁਨੀਆ ਬਾਹਰੋਂ ਰਿਸਪੋਂਸ ਦੇ ਰਹੀ ਹੈ, ਸਰਕਾਰ ਕਦੋਂ ਦੇ ਰਹੀ ਪੰਜਾਬ ਦੀ? ਸਾਨੂੰ ਕੋਈ ਚੱਕਰ ਨਹੀਂ ਫੰਡ ਫੁੰਡ ਦਾ, ਸਾਨੂੰ ਉਹ ਬੱਚੇ ਦੀ ਆ ਵੀ ਉਹ ਬੱਚਾ ਬਾਹਰ ਆਉਣਾ ਚਾਹੀਦਾ, ਸਰਕਾਰ ਕੋਈ ਫੰਡ ਆ ਕੋਈ ਨਹੀਂ ਕਿਸੇ ਵੀ ਤਰ੍ਹਾਂ, ਸਾਨੂੰ